ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਲੈ ਕੇ ਵੱਡਾ ਦਾ ਖੇਡਣ ਦੀ ਤਿਆਰੀ ਦੇ ਵਿੱਚ ਜੀहां ਤੁਹਾਨੂੰ ਦੱਸ ਦੇ ਕਿ ਅਜਿਹੇ ਵਿੱਚ ਇਹ ਵੱਡੀ ਖਬਰ ਸਾਹਮਣੇ ਆ ਚੁੱਕੀ ਹੈ ਕਿ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਪ੍ਰਧਾਨ ਦਾ ਅਹੁਦਾ ਦੇ ਦਿੱਤਾ ਗਿਆ ਜੀहां ਤੁਹਾਨੂੰ ਦੱਸ ਦੇ ਕਿ ਇਸ ਨੂੰ ਲੈ ਕੇ ਬੀਤੇ ਦਿਨ ਤੋਂ ਕਈ ਅਸਰਾਈਆਂ ਵੀ ਲਗਾਈਆਂ ਜਾ ਰਿਹਾ ਸਨ ਕਿਉਂਕਿ ਬੀਤੇ ਦਿਨੀ ਅਸ਼ਵਨੀ ਸ਼ਰਮਾ ਨੇ ਇਸ ਚੀਜ਼ ਦਾ ਖੰਡਨ ਵੀ ਕੀਤਾ ਸੀ ਕਿ ਉਹਨਾਂ ਵੱਲੋਂ ਅਹੁਦਾ ਨਹੀਂ ਛੱਡਿਆ ਗਿਆ ਤੇ ਇਹਨਾਂ ਨੂੰ ਅਫਵਾਹਾਂ ਦੱਸਿਆ ਸੀ ਜਿਸ ਤੋਂ ਬਾਅਦ ਅੰਦਾਜ਼ੇ ਦੇ ਕਿ ਲਗਾਤਾਰ ਇਸ ਤੇ ਲੋਕਾਂ ਦੀ ਨਜ਼ਰਾਂ ਟਿਕੀਆਂ ਹੋਈਆਂ ਸਨ ਕਿ ਆਖਰ ਸਰਕਾਰ ਪੰਜਾਬ ਭਾਜਪਾ ਦੇ ਵਿੱਚ ਕੋਈ ਫੇਰਬਦਲ ਹੋਣ ਵਾਲਾ ਜਿਸ ਨੂੰ ਲੈ ਕੇ ਸੁਨੀਲ ਜਾਖੜ ਦਾ ਨਾਮ ਸਾਹਮਣੇ ਆ ਰਿਹਾ ਸੀ ਤਾਂ ਅਖਰਕਾਰ ਅੱਜ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਪ੍ਰਧਾਨ ਦਾ ਅਹੁਦਾ ਦੇ ਦਿੱਤਾ ਗਿਆ ਤਾਂ ਕਾਂਗਰਸ ਛੱਡ ਕੇ ਭਾਜਪਾ ਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਪਾਰਟੀ ਹਾਈ ਕਮਾਂਡ ਅਹਿਮ ਜ਼ਿੰਮੇਵਾਰੀ ਦੇ ਸਕਦੀ ਹੈ ਪੰਜਾਬ ਚ ਸੁਨੀਲ ਜਾਖੜ ਹਿੰਦੂ ਤੇ ਜੱਟ ਪਾਇਚਾਰੇ ਦਾ ਇੱਕ ਸਾਂਝਾ ਚਿਹਰਾ ਹਨ ਸ਼੍ਰੋਮਣੀ ਅਕਾਲੀ ਦਲ ਨਾਲੋਂ ਗੱਠ ਜੋੜ ਟੁੱਟਣ ਤੋਂ ਬਾਅਦ ਭਾਜਪਾ ਲਗਾਤਾਰ ਅਜੇਹ ਚਾਰੇ ਦੀਪਾਲ ਚ ਜੁਟਿ ਹੋਈ ਸੀ ਜੋ ਕਿ ਸ਼ਹਿਰ ਤੇ ਪਿੰਡਾਂ ਚ ਸਾਂਝੇ ਰੂਪ ਨਾਲ ਪ੍ਰਭਾਵ ਰੱਖਦਾ ਹੋਵੇ ਅਜੇ ਵਿੱਚ ਕਿਸਾਨ ਪਰਿਵਾਰ ਨਾਲ ਜੁੜੇ ਜਾਖੜ ਨਾਲ ਸਿਰਫ ਪਿੰਡ ਚ ਜੁੜੇ ਹਨ ਬਲਕਿ ਅ ਸ਼ਹਿਰ ਦੇ ਵਿੱਚ ਵੀ ਚੰਗੀ ਪਕੜ ਹੋਰ ਰੱਖਦੇ ਹਨ ਇਹੀ ਕਾਰਨ ਹੈ ਕਿ ਭਾਜਪਾ ਪੰਜਾਬ 'ਚ ਜਾਖੜ ਦੇ ਨਾਂ ਤੇ ਵੱਡਾ ਦਾ ਖੇਡਣ ਜਾ ਰਹੀ ਹੈ ਤਾਂ ਸੁਨੀਲ ਜਾਖੜ ਦਾ ਜ਼ਿਕਰ ਕਰ ਲਈਏ ਤਾਂ ਤਿੰਨ ਵਾਰ ਅਬੋਰ ਤੋਂ ਐਮਐਲਏ ਰਹ ਚੁੱਕੇ ਨੇ ਸਾਲ 2002, 2007, 2012 ਦੇ ਵਿੱਚ ਵੀ ਉਹ ਐਮਐਲਏ ਰਹ ਚੁੱਕੇ ਨੇ ਗੁਰਦਾਸਪੁਰ ਤੋਂ ਐਮਪੀ ਰਹੇ ਨੇ ਇਸੇ ਨਾਲ ਤੋਂ ਅਨਵਿਤਾ ਜੀ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਸੁਨੀਲ ਜਾਖੜ ਰਹ ਚੁੱਕੇ ਨੇ ਤੇ ਮਈ 2022 ਦੇ ਵਿੱਚ ਉਹ ਭਾਜਪਾ 'ਚ ਸ਼ਾਮਲ ਹੋਏ ਸਨ ਤੇ ਹੁਣ 2022 ਤੋਂ ਬਾਅਦ ਹੁਣ ਪੰਜਾਬ ਭਾਜਪਾ ਦੇ ਉਹ ਪ੍ਰਧਾਨ ਬਣ ਚੁੱਕੇ ਨੇ ਤਾਂ ਅੱਜ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਜਾਖੜ ਨੂੰ ਭਾਜਪਾ ਦੀ ਕਮਾਂਡ ਜਿਹੜੀ ਕਿ ਦੇ ਦਿੱਤੀ ਗਈ ਇੱਕ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਰੱਖੀ ਗਈ ਹੈ ਤਾਂ ਫਿਲਹਾਲ ਸੁਨੀਲ ਜਾਖੜ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਦੇ ਮੋਢਿਆਂ ਤੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਫਿਲਹਾਲ ਇਸ ਦਿਨਾਂ ਤੋਂ ਇਹ ਵੀ ਦੱਸ ਦੇ ਕਿ ਭਾਜਪਾ ਨੇ ਕਈ ਸੂਬਾ ਪ੍ਰਧਾਨ ਵੀ ਬਤਲੇ ਹਨ ਪੰਜਾਬ 'ਚ ਜਿਵੇਂ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਗਿਆ ਉਵੇਂ ਹੀ ਤੇਲੰਗਨਾ ਦੇ ਵਿੱਚ ਕ੍ਰਿਸ਼ਨ ਰੈਡੀ ਆਂਧਰਾ ਪ੍ਰਦੇਸ਼ ਦੇ ਵਿੱਚ ਡੀ ਪੁੰਡੇਸ਼ਵਰੀ ਤੇ ਚਾਰਖੰਡ ਦੇ ਵਿੱਚ ਬਾਬੂ ਲਾਲ ਮਰਾਂਡੀ ਨੂੰ ਜਿਹੜੇ ਕੀ ਕਮਾਂਡ ਸੌਂਪੀ ਗਈ ਹੈ ਤੇ ਚਰਚਾਵਾਂ ਹਨ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਆ ਇੱਕ ਵੱਡਾ ਦਾ ਖੇਡਣ ਦੀ ਤਿਆਰੀ ਦੇ ਵਿੱਚ ਕਿਉਂਕਿ ਪੰਜਾਬ ਚ ਸੁਨੀਲ ਜਾਖੜ ਹਿੰਦੂ ਤੇ ਜੱਟ ਪਾਈਚਾਰੇ ਦਾ ਇੱਕ ਸਾਂਝਾ ਚਾਹ ਰਹੇ ਹਨ ਤਾਂ ਅਜਿਹੇ ਵਿੱਚ ਜੇਕਰ ਜ਼ਿਕਰ ਕਰੀਏ सुनील जाखड़ ਦੇ ਸਿਆਸੀ ਸਫ਼ਰ ਦਿੱਤਾ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਕਾਰਨ ਜਾਖੜ ਨੇ ਕਾਂਗਰਸ ਨੂੰ ਛੱਡ ਦਿੱਤਾ ਸੀ ਜਾਖੜ ਕਾਂਗਰਸ 'ਚ ਰਹਿੰਦੇ ਹੋਏ ਦੋ ਵਾਰ ਵਿਧਾਇਕ ਇੱਕ ਵਾਰ ਲੋਕ ਸਭਾ ਦੇ ਮੈਂਬਰ ਦੇ ਪ੍ਰਧਾਨ ਦੀ ਹਾਈ ਕਮਾਂਡ ਜਿਹੜੀ ਕਿ ਸੰਭਾਲ ਚੁੱਕੇ ਨੇ ਜਾਖੜ ਪਰਿਵਾਰ ਦੋ ਸਿਆਸੀ ਪਾਰਟੀਆਂ ਦੇ ਨਾਲ ਜੁੜਿਆ ਹੋਇਆ ਸੁਨੀਲ ਜਾਖੜ ਭਾਜਪਾ ਦੇ ਵਿੱਚ ਹਨ ਤਾਂ ਉਹਨਾਂ ਦਾ ਪੁੱਤ ਤੇ ਜਸਨਦੀਪ ਜਾਖੜ ਜਿਹੜਾ ਕਿ ਕਾਂਗਰਸ ਦਾ ਅਬੋਰ ਤੋਂ ਵਿਧਾਇਕ ਹੈ